ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਅਤੇ ਤੁਸੀਂ ਵੇਖਦੇ ਪਏ ਹੋ ਮੇਰਾ ਐਨੀਮਲ ਟੀਵੀ। ਮੇਰਾ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੁਕਰੀਆ ਦੇ ਨਾਲ ਹੀ ਲੱਗੇ ਬੈੱਲ ਆਈਕੋਨ ਦੇ ਬਟਨ ਨੂੰ ਦਬਾਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤਾਂ ਵੀਰਾਂ ਤੱਕ ਸਭ ਤੋਂ ਪਹਿਲੇ ਪਹੁੰਚੇ। ਜਨਾਬ ਭਾਈ, ਦੋਸਤਾਂ ਵੀਰਾਂ ਦੀ ਖਿਦਮਤ ਦੇ ਵਿੱਚ, ਆਪਣੇ ਸਬਸਕ੍ਰਾਈਬਰ ਵੀਰਾਂ ਦੀ ਖਿਦਮਤ ਦੇ ਵਿੱਚ ਵਾਚ ਸਬਸਕ੍ਰਾਈਬਰ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ, ਜਿਹੜੀ ਕਿ ਅੱਲਾਹ ਦੇ ਫਜ਼ਲ ਨਾਲ ਜਨਾਬ ਅੱਜ ਹੀ ਲਗਾਈ ਸੀ, ਅੱਜ ਦੇ ਦਿਨ ਹੀ ਸੇਲ ਹੋ ਗਈ ਹੈ। ਮਾਸ਼ਾਅੱਲਾ, ਬੜਾ ਅੱਲਾਹ ਦਾ ਫਜ਼ਲ, ਅੱਲਾਹ ਦਾ ਕਰਮ ਹੈ ਜਨਾਬ। ਭਾਈ ਫੈਸਲ ਨੇ, ਉਹਨਾਂ ਦੇ ਦੋਸਤ ਨੇ, ਮੇਰੇ ਵੀ ਭਾਈ ਨੇ, ਭਾਈ ਫੈਸਲ ਦੇ ਭਾਈ ਨੇ। ਭਾਈ ਫੈਸਲ ਮੇਰਾ ਬੜਾ ਅੱਛਾ ਦੋਸਤ ਹੈ ਜਨਾਬ, ਮੇਰਾ ਸਬਸਕ੍ਰਾਈਬਰ ਹੈ, ਮੇਰਾ ਵੀਰ ਹੈ ਜਨਾਬ। ਇਹਨਾਂ ਨੂੰ ਪਸੰਦ ਆ ਗਈ ਹੈ, ਇਹ ਫੌਰੀ ਜਨਾਬ ਬੈਠ ਦੀ ਵੀਡੀਓ ਵੇਖ ਕੇ ਫੌਰੀ ਮੇਰੇ ਕੋਲ ਜਨਾਬ ਆਏ ਨੇ, ਆ ਕੇ ਚੁਆਈ ਵੀ ਦੇਖੀ, ਵੀਡੀਓ ਚੁਆਈ ਦੇਖੀ ਲਾਈਵ ਜਨਾਬ, ਪਸੰਦ ਕੀਤੀ ਹੈ ਜੋ ਮੈਂ ਗੱਲਾਂ ਵੀਡੀਓ 'ਤੇ ਦੱਸੀਆਂ ਸੀ। ਜਿੰਨਾ ਵੈੜੀ ਦਾ ਵਜ਼ਨ ਦੱਸਿਆ ਸੀ ਉਨਾ ਹੀ ਵਜ਼ਨ ਅੱਲਾਹ ਦੇ ਹੁਕਮ ਨਾਲ ਨਿਕਲਿਆ, 7-8 ਮਣ ਵਜ਼ਨ ਦੱਸਿਆ ਸੀ। ਵੈੜੀ ਖੂਨ ਪੇਤਾ ਲਈ ਦੱਸੀ ਸੀ, ਉਸੇ ਤਰ੍ਹਾਂ ਹੀ ਸਾਫ਼ ਸੁਥਰੀ ਅਤੇ ਸੁੱਚੀ ਅਤੇ ਖਰੀ ਹੈ। ਬਾਕੀ ਜਿਹੜੀਆਂ ਗੱਲਾਂ ਨੇ ਮੇਰੇ ਬਾਰੇ, ਮੇਰੇ ਚੈਨਲ ਦੇ ਬਾਰੇ, ਕੀ ਮੇਰੀ ਰੈਪੂਟੇਸ਼ਨ ਹੈ ਜਨਾਬ, ਉਹ ਭਾਈ ਫੈਸਲ ਦੱਸਣਗੇ ਆਪਣੀ ਜ਼ੁਬਾਨੀ। ਦੱਸੋ ਭਾਈ ਫੈਸਲ, ਜੋ ਕੁਛ ਦੱਸਿਆ ਸੀ ਮੇਰੇ 'ਤੇ, ਇਤਮਾਦ ਕਰ ਸਕਦੇ ਨੇ ਦੋਸਤ ਵੀਰ ਜਾਂ ਕਿ ਕਰ ਸਕਦੇ ਨੇ? ਕਰ ਸਕਦੇ, ਜੋ ਕੁਛ ਦੱਸਿਆ ਭਾਈ ਉਹਨਾਂ ਨੇ ਮਾਸ਼ਾਅੱਲਾ, ਉਹ ਕੁਛ ਨਿਕਲੀ ਆ, ਚਵਾਈ ਵੀ ਅਸੀਂ ਆ ਕੇ ਕਰਾਈ ਆ, ਬਹੁਤ ਸੋਹਣੀ ਆ ਬੈਡ ਮਾਸ਼ਾਅੱਲਾ। ਬੜੀ ਮਿਹਰਬਾਨੀ ਭਾਈ ਜਾਨ, ਭਾਈ ਫੈਸਲ ਨੂੰ ਏਰੀਆ ਵਿਜ਼ਿਟ ਕਰਵਾਇਆ, ਏਰੀਏ ਦੇ ਵਿੱਚ 4-5 ਜਗ੍ਹਾ 'ਤੇ ਮੈਂ ਲੈ ਕੇ ਗਿਆ, ਔਰ ਜਾਨਵਰ ਵੀ ਦਿਖਾਏ ਨੇ। ਜਿਹੜਾ ਜਾਨਵਰ ਲੈ ਕੇ ਦਿੱਤਾ ਅੱਲਾਹ ਦੇ ਫਜ਼ਲ ਨਾਲ, ਉਹ ਜਾਨਵਰ ਬਾਕੀ ਜਿੰਨੇ ਵੀ ਜਗ੍ਹਾ ਵਿਜ਼ਿਟ ਕਰਵਾਈਆਂ ਨੇ ਸਭ ਤੋਂ ਅੱਛਾ ਔਰ ਮੁਨਾਸਿਬ ਰੇਟ 'ਤੇ ਜਾਨਵਰ ਲੈ ਕੇ ਦਿੱਤਾ। ਜਾਨਵਰ ਵੀ ਦੋਸਤਾਂ ਮੇਰੇ ਨੂੰ ਦਿਖਾਵਾਂਗਾ, ਮੈਂ ਲੋਡ ਕਰਨ ਲੱਗਿਆ। ਜਾਨਵਰ ਫੈਸਲਾਬਾਦ ਜਾਣ ਲੱਗਿਆ, ਭਾਈ ਉਰੇ ਫੈਸਲਾਬਾਦ ਤੋਂ ਆਏ ਨੇ। ਬਾਕੀ ਅੱਲਾਹ ਤਾਲਾ ਇਹਨਾਂ ਦੇ ਨਸੀਬ ਕਰੇ ਅਤੇ ਜਾਨਵਰ ਦਿਖਾਓ ਜੀ। ਇਹ ਭਾਈਜਾਨ ਜਾਨਵਰ ਏ, ਜਿਹੜੀ ਵੈੜੀ ਸਫੈਦ ਸੁਬਾਹ ਲਾਈ ਸੀ ਭਾਈਜਾਨ, ਸੇਲ ਹੋ ਗਈ ਮਾਸ਼ਾਅੱਲਾ। ਬੜਾ ਅੱਲਾਹ ਦਾ ਫਜ਼ਲ ਕਰਮ ਤੁਹਾਡੇ ਵੀਰ 'ਤੇ ਜਨਾਬ, ਤੁਹਾਡੀਆਂ ਹੀ ਮਿਹਰਬਾਨੀਆਂ ਨੇ ਜਨਾਬ, ਮੇਰੇ ਸਬਸਕ੍ਰਾਈਬਰ ਦੋਸਤਾਂ ਵੀਰਾਂ ਦੀਆਂ, ਜਿਹੜਾ ਕਿ ਇੰਨਾ ਪਿਆਰ ਦਿੰਦੇ ਨੇ, ਇੰਨੀ ਮੁਹੱਬਤ ਕਰਦੇ ਨੇ। ਇਹ ਪਿੱਛੇ ਬਛੜੀ, ਇਹ ਗਾਏ ਜਨਾਬ, ਲੋਡ ਕਰਨ ਲੱਗੇ ਹਾਂ। ਅੱਲਾਹ ਤਾਲਾ ਭਾਈ ਦੇ ਨਸੀਬ ਕਰੇ, ਚੁੰਗਣਾ ਨਸੀਬ ਕਰੇ। ਬਾਕੀ ਦੋਸਤ ਵੀਰ ਮੈਨੂੰ ਕਹਿੰਦੇ ਨੇ ਜਨਾਬ, ਜਿੰਨੇ ਦੀ ਸੇਲ ਕਰਦੇ ਹੋ ਸੇਲ ਰੇਟ ਵੀ ਲਾਇਆ ਕਰੋ, ਦੱਸਿਆ ਕਰੋ ਕਿੰਨੇ ਦੀ ਜਨਾਬ ਸੇਲ ਕੀਤੀ ਹੈ। ਸੇਲ ਰੇਟ ਨਹੀਂ ਅਸੀਂ ਦੱਸਦੇ ਹੁੰਦੇ, ਕਿਉਂਕਿ ਕੋਈ ਦੋਸਤ ਵੀਰ ਇਸ ਵਾਸਤੇ ਵੀ ਲੈ ਕੇ ਜਾਂਦੇ ਨੇ ਕਿ ਜਨਾਬ ਜਾ ਕੇ ਵਪਾਰ ਦੇ ਤਰੀਕੇ ਦੇ ਮੁਤਾਬਕ ਆਪਣਾ ਵਪਾਰ ਚਲਾਉਂਦੇ ਨੇ, ਉਹ ਵਪਾਰ 'ਚ ਉੱਥੇ ਜਾ ਕੇ ਆਪਣੇ ਸ਼ਹਿਰ 'ਚ ਲਿਜਾ ਕੇ ਸੇਲ ਕਰਦੇ ਨੇ, ਜਿਸ ਵਜ੍ਹਾ ਤੋਂ ਜਨਾਬ ਅਸੀਂ ਰੇਟ ਸ਼ੋ ਨਹੀਂ ਕਰ ਸਕਦੇ। ਬਾਕੀ ਜਿਹਨਾਂ ਘਰ ਰੱਖਣੀ ਹੁੰਦੀ ਹੈ ਉਹਨਾਂ ਦਾ ਰੇਟ ਸੇ ਸ਼ੋ ਕਰ ਸਕਦੇ ਹਾਂ। ਸਾਡੇ ਕੋਲੋਂ ਵਪਾਰੀ ਹਜ਼ਰਾਤ ਵੀ ਲੈਂਦੇ ਨੇ ਔਰ ਘਰੇਲੂ ਹਜ਼ਰਾਤ ਵੀ ਲੈਂਦੇ ਨੇ ਜਨਾਬ, ਵਪਾਰੀ ਹਜ਼ਰਾਤ ਦਾ ਰੇਟ ਸ਼ੋ ਨਹੀਂ ਕਰਨਾ ਹੁੰਦਾ, ਇਸ ਵਾਸਤੇ ਰੇਟ ਸ਼ੋ ਨਹੀਂ ਕਰੀਦਾ। ਚਲੋ ਜੀ, ਗਾਂ ਛੱਡੋ ਜੀ, ਛੱਡ ਬਈ, ਗਾਂ ਛੱਡੋ ਜੀ, ਭਾਈ ਗਾਂ ਛੱਡੋ, ਬੱਚਾ ਪਕੜ ਗਾਂ, ਚਾਹਨੇ ਤੂੰ ਬੱਚਾ ਲੈ ਕੇ, ਗਾਂ ਛੱਡੋ ਮੇਰਾ ਭਰਾ, ਛੱਡੋ ਛੱਡੋ, ਲੈ ਚਲੋ, ਲੈ ਚਲੋ ਜੀ, ਲੈ ਚਲੋ, ਲੈ ਚਲੋ, ਲੈ ਚਲੋ, ਲੈ ਚਲੋ, ਲੈ ਚਲੋ, ਲੈ ਚਲੋ, ਜਲਦੀ ਲੈ ਚਲੋ, ਡਾਲੇ ਹਨੇਰਾ ਹੋ ਗਿਆ ਜਨਾਬ, ਜਲਦੀ ਲੈ ਚਲੋ, ਵੱਛੀ ਵੱਛੀ ਗਾਂ ਪਛਾੜ ਗਈ, ਚਲੋ ਵੀ, ਚਲੋ 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 ਚਲੋ।
ਖੋਲੋ ਡਾਲਾ ਖੋਲੋ। ਕਿਵੇਂ ਖੜੇ ਜੇ? ਡਰਾਈਵਰ ਨੂੰ ਆਵਾਜ਼ ਦਿਓ। ਚਲੋ ਜੀ ਲੋਡ ਕਰੋ। ਮਾਸ਼ਾਅੱਲਾ ਜੀ ਮੱਛੀ ਅੰਦਰ ਲੈ ਜਾਓ ਨਾ ਚੱਕ ਕੇ। ਚਲੋ ਜੀ ਚਲੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਲੋਡ ਕਰ ਦਿਓ ਜੀ। ਪਿੱਛੋਂ ਲਾਈਨ ਲਾਈਨ ਸਰੀਆ ਲਾਈਨ। ਚਲੋ ਜੀ ਮਾਸ਼ਾਅੱਲਾ ਲੋਡ ਹੋ ਗਈ ਹੈ ਜੀ। ਅੱਲਾਹ ਤਾਲਾ ਭਾਈਆਂ ਦੇ ਨਸੀਬ ਕਰੇ। ਬਾਕੀ ਡਾਲਾ ਨੰਬਰ ਦਿਖਾ ਦਿੰਦੇ ਹਾਂ। ਇਹ ਜੀ ਡਾਲਾ ਨੰਬਰ ਹੈ LZR1411। ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਈ ਹੋਵੇ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ। ਮੇਰਾ ਵਟਸਐਪ ਨੰਬਰ ਹੈ 0301-486-5352। ਫਿਰ ਮਿਲਾਂਗੇ ਇੱਕ ਅੱਛੀ ਔਰ ਨਜਾਬ ਵੀਡੀਓ ਦੇ ਨਾਲ। ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।